ਸਤਿ ਸ਼੍ਰੀ ਅਕਾਲ ਜੀ, ਸਲਾਮ ਵਾਲੇਕਮ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ। ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਹੈ, ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ। ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ। ਸੋ ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ। ਡਾਕਟਰ ਜਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ, ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਣਨ ਵਾਲਿਆਂ ਵਾਸਤੇ ਇੱਕ ਸਪੈਸ਼ਲ ਯੂਟਿਊਬ ਚੈਨਲ ਉਹਨਾਂ ਨੇ ਬਣਾਇਆ ਜੀ, ਜਿਹਦਾ ਨਾਮ ਹੈ ਮੇਲਾ ਨਿਊਜ਼। ਸੋ ਮੇਲਾ ਨਿਊਜ਼ ਦੇ ਉੱਤੇ ਤੁਸੀਂ ਇੱਧਰਲੇ ਔਰ ਉੱਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ, ਸਾਰੀ ਹਲਚਲ ਬਾਰੇ ਜਾਣੋਗੇ, ਔਰ ਸਪੈਸ਼ਲੀ ਸੂਫੀਆਨਾ ਕਲਾਮ ਇੱਧਰਲੇ ਉੱਧਰਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ। ਸੋ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਔਰ ਡਾਕਟਰ ਜਵੇਦ ਅਕਰਮ ਸਾਹਿਬ ਨੂੰ ਪੂਰਾ ਹੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਆਮੀਨ। ਚੱਲੇ ਮੇਲੇ ਨੂੰ ਚੱਲੀ।